ਪਿੰਡ ਚੰਬਾ ਕਲਾਂ ਦੇ ਨੌਜਵਾਨਾਂ ਨੇ ਪਾਰਟੀ ਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਕੀਤਾ ਚੋਣ ਪ੍ਰਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਚੰਬਾ ਕਲਾਂ ਦੀ ਸਮੂਹ ਸਾਧ ਸੰਗਤ ਵੱਲੋਂ ਬੇਨਤੀ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕੀਤਾ ਜਾਵੇ। ਅਤੇ ਕਾਮਯਾਬੀ ਤਾਂ ਹੀ ਹੋ ਸਕਦੀ ਆ ਜੇ ਸਾਰੀ ਸੰਗਤ ਰਲ ਕੇ ਏਕੇ ਦੇ ਨਾਲ ਇੱਕ ਜਗ੍ਹਾ ਭੁਗਤੇ। ਅਤੇ ਭੁਗਤਣਾ ਕਿਉਂ ਆ? ਕਿਉਂਕਿ ਉਹ ਨਸ਼ੇ ਛਡਾ ਰਿਹਾ ਸੀ ਅਤੇ ਅੱਜ ਦੋ ਸਰਕਾਰਾਂ ਹੋ ਚੁੱਕੀਆਂ ਵਾ ਜਿਨ੍ਹਾਂ ਨੇ ਨਸ਼ੇ ਦੇ ਨਾਂ ਦੇ ਉੱਤੇ ਵੋਟਾਂ ਇਕੱਠੀਆਂ ਕਰਕੇ ਅਤੇ ਧੋਖਾ ਕੀਤਾ ਜਨਤਾ ਦੇ ਨਾਲ। ਉਹ ਨਸ਼ੇ ਛਡਾਉਂਦਾ ਸੀ, ਉਲਟਾ ਉਹਨੂੰ ਅੰਦਰ ਕਰ ਦਿੱਤਾ। ਅਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਕਢਾ ਕੇ, ਜਿੱਤ ਤਾਂ ਪੱਕੀ ਹੋ ਚੁੱਕੀ ਆ, ਯਕੀਨੀ ਹੋ ਚੁੱਕੀ ਆ, ਪਰ ਵੱਧ ਤੋਂ ਵੱਧ ਵੋਟਾਂ ਪਾਈਏ। ਜਿੰਨੀਆਂ ਵੋਟਾਂ ਪਾਵਾਂਗੇ ਉਨਾ ਉਹ ਧੜੱਲੇ ਨਾਲ ਆ ਕੇ ਆਪਣੇ ਵਿੱਚ ਬੋਲੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਬਲਦੇਵ ਸਿੰਘ, ਪਿੰਡ ਚੰਬਾ ਕਲਾਂ, ਸਾਬਕਾ ਸੈਨਿਕ। ਮੈਂ ਸਾਰੇ ਹੀ ਨਗਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ, ਕਿਉਂਕਿ ਸਰਕਾਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਦੇ ਵਿੱਚ, ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਵਾ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਛਕਾਉਂਦਾ ਸੀਗਾ ਅਤੇ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਇਆ, ਉਹਨਾਂ ਨੇ ਲੱਖਾਂ ਬੱਚਿਆਂ ਨੂੰ ਬਚਾਇਆ ਅੰਮ੍ਰਿਤ ਛਕਾ ਕੇ। ਅਤੇ ਮੈਂ ਹੁਣ ਸਾਰੇ ਹੀ ਨਗਰ ਪਿੰਡ ਚੰਬਾ ਕਲਾਂ ਨੂੰ ਅਪੀਲ ਕਰਦਾ ਵਾਂ ਕਿ ਵੱਧ ਕਰਕੇ ਪਾਰਟੀਆਂ ਬਾਜ਼ੀਆਂ ਤੋਂ ਆਪਾਂ ਹੁਣ ਉੱਪਰ ਉੱਠਣਾ ਵਾ। ਆਪਾਂ ਨੂੰ ਕੋਈ ਪਾਰਟੀ ਦੀ ਜ਼ਰੂਰਤ ਨਹੀਂ ਹੈ, ਹੁਣ ਆਪਾਂ ਨੂੰ ਇਹੋ ਹੀ ਸੰਘਰਸ਼ ਲੜਨਾ ਪੈਣਾ ਆਪਣੇ ਪੰਜਾਬ ਨੂੰ ਬਚਾਉਣਾ ਆਪਾਂ। ਕਿਉਂਕਿ ਦਿੱਲੀ ਦੇ ਵਿੱਚ ਜਾ ਕੇ ਕੋਈ ਵੀ ਮੰਤਰੀ ਆਪਣੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਜੀ ਕਰਦਾ, ਕਿਉਂਕਿ ਇਹ ਭਾਈ ਅੰਮ੍ਰਿਤਪਾਲ ਇੱਥੋਂ ਕਿੱਥੋਂ ਛੱਡ ਕੇ ਆ ਗਿਆ ਆਪਣਾ ਕਾਰੋਬਾਰ, ਇਹ ਬਾਹਰ ਪੁਰਸ਼ਾਂ ਨੇ ਭੇਜਿਆ ਅਕਾਲ ਪੁਰਖ ਦੀ ਇਹ ਜਿਹੜੀ ਆ ਰਹਿਣ ਆ ਆਪਣੇ ਪੰਜਾਬ ਨੂੰ ਦਿੱਤੀ ਆ। ਆਪਾਂ ਤਗੜੇ ਹੋ ਕੇ ਇਹਨਾਂ ਨੂੰ ਜੇਲ੍ਹ 'ਚੋਂ ਬਾਹਰ ਕੱਢਣਾ ਵਾ, ਲੱਖਾਂ ਵੋਟਾਂ ਦੇ ਨਾਲ ਲੀਡ ਦੇ ਕੇ ਇਹਨਾਂ ਨੂੰ ਬਾਹਰ ਕੱਢਣਾ, ਕਿਉਂਕਿ ਕੱਲ੍ਹ ਨੂੰ ਫਿਰ ਪਾਰਲੀਮੈਂਟ ਜਾ ਕੇ ਟੇਬਲ ਖੜਕਾ ਸਕਦੇ ਆ ਜੀ ਆਪਣੇ, ਇਹ ਪੰਜਾਬ ਦੀ ਹੱਕ ਦੀ ਗੱਲ ਕਰ ਸਕਦੇ ਆ। ਹੋਰ ਵੀ ਜਿਹੜੇ ਆਪਣੇ ਫਰੀਦਕੋਟ ਤੋਂ ਭਾਈ ਖੜੋਤੇ ਨੇ ਉਹਨਾਂ ਨੂੰ ਵੀ ਤਗੜੇ ਹੋ ਕੇ ਆਪਾਂ ਵੋਟਾਂ ਪਾਉਂਦੀਆਂ। ਫਰੀਦਕੋਟ ਵਾਲਿਆਂ ਨੂੰ ਵੀ ਸਾਡੀ ਅਪੀਲ ਵਾ ਕਿ ਉਹਨੂੰ ਭਾਈ ਸਾਹਿਬ ਨੂੰ ਵੋਟਾਂ ਪਾਓ, ਕਿਉਂਕਿ ਆਪਣੇ ਹੱਕ ਦੇ ਮੰਤਰੀ ਜਾਣਗੇ, 13 ਦੇ 13 ਮੰਤਰੀ ਆਪਣੇ ਜਾਣਗੇ, ਤਾਂ ਹੀ ਆਪਾਂ ਉੱਥੇ ਜਾ ਕੇ ਦਿੱਲੀ ਦੇ ਵਿੱਚ ਮੋਦੀ ਦੇ ਸਿਰ ਦੇ ਉੱਤੇ ਵੋਟਾਂ ਧਰ ਸਕਦੇ ਹਾਂ। ਅਸੀਂ ਪਿੰਡ ਚੰਬਾ ਕਲਾਂ ਤੋਂ, ਹਲਕਾ ਖਡੂਰ ਸਾਹਿਬ ਤੋਂ ਸਮੂਹ ਨਗਰ ਦੀ ਸਾਧ ਸੰਗਤ ਇਕੱਠੀ ਹੋਈ ਹੈ ਅਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਅਸੀਂ ਪਿੰਡ ਵਿੱਚ ਚੋਣ ਪ੍ਰਚਾਰ ਕਰ ਰਹੇ ਹਾਂ। ਅਤੇ ਹੋਰ ਵੀ ਸਾਰੇ ਖਡੂਰ ਸਾਹਿਬ ਹਲਕੇ ਨੂੰ ਅਪੀਲ ਹੈ ਸਾਡੀ ਵੀ ਆਪ ਸਭ ਜੀ ਜਾਣੂ ਜੇ ਕਿ ਕਿਤਨਾ ਸਰਕਾਰ ਨੇ NSA ਲਾ ਕੇ ਭਾਈ ਸਾਹਿਬ ਜੀ ਨੂੰ ਦਿਬੜੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਹੋਇਆ ਹੈ। ਅਤੇ ਕਿਉਂਕਿ ਉਹਨਾਂ ਨੂੰ ਇਹੀ ਗੱਲ ਰੜਕਦੀ ਸੀ ਵੀ ਭਾਈ ਸਾਹਿਬ ਜੀ ਨੇ 6 ਮਹੀਨਿਆਂ ਦੇ ਵਿੱਚ ਹੀ 18,000 ਤੋਂ ਉੱਪਰ ਗਰੀਬ ਮੁੰਡਿਆਂ ਨੂੰ ਅੰਮ੍ਰਿਤ ਛਕਾ ਕੇ ਅਤੇ 2.5 ਲੱਖ ਤੋਂ ਉੱਪਰ ਮੁੰਡਿਆਂ ਨੂੰ ਉਹਨਾਂ ਨੇ ਨਸ਼ਿਆਂ ਤੋਂ ਬਚਾਇਆ ਹੈ। ਅਤੇ ਆਪ ਜੀ ਜਾਣਦੇ ਹੋ ਵੀ ਜੇ ਆਪਣੀ ਨੌਜਵਾਨੀ ਬਚੀ ਹੋਊਗੀ ਅਤੇ ਨੌਜਵਾਨੀ ਸੂਝਵਾਨ ਹੋਊਗੀ ਅਤੇ ਉਹ ਆਪਣੇ ਹੱਕਾਂ ਦੀਆਂ ਗੱਲਾਂ ਕਰਨਗੇ। ਅਤੇ ਸਰਕਾਰ ਇਹ ਨਹੀਂ ਚਾਹੁੰਦੀ ਵੀ ਸਾਡੀ ਨੌਜਵਾਨੀ ਬਚੇ, ਸਰਕਾਰ ਚਾਹੁੰਦੀ ਹੈ ਵੀ ਇਹਨਾਂ ਨੂੰ ਨਸ਼ਿਆਂ ਦੀ ਲੱਤ ਲਾਈ ਜਾਵੇ ਅਤੇ ਨੌਜਵਾਨੀ ਜੋ ਆ ਸੂਝਵਾਨ ਨਾ ਹੋਵੇ ਅਤੇ ਇਹ ਆਪਣੇ ਮੁੱਦਿਆਂ ਤੋਂ ਭਟਕਣ ਅਤੇ ਇਹ ਨਸ਼ਿਆਂ 'ਚ ਵੜ ਕੇ ਰਹਿ ਜਾਣ। ਭਾਈ ਸਾਹਿਬ ਜੀ ਦਾ ਇਹੀ ਮੁੱਦਾ ਸੀ, ਉਹਨਾਂ ਨੇ ਆਪਦੀ ਸੰਪੱਤੀ ਛੱਡ ਕੇ
ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਹੈ ਅਤੇ ਅੱਜ ਉਹ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠੇ ਨੇ ਅਤੇ ਸਾਡੀ ਸਭ ਨੂੰ ਇਹੀ ਅਪੀਲ ਹੈ ਕਿ ਵੱਧ ਚੜ੍ਹ ਕੇ ਬਹੁਤ ਹੀ ਵੱਡੀ ਲੀਡ ਦੇ ਨਾਲ ਭਾਈ ਸਾਹਿਬ ਜੀ ਨੂੰ ਬਾਹਰ ਲਿਆਈਏ ਅਤੇ ਉਹ ਆਪਣੇ ਹੱਕਾਂ ਦੀ ਗੱਲ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।